जपो ऐसे गुरु को बल बल जाइए आप मुकुट मोए तारे जपो ऐसे गुरु को बल बल जाइए आप मुकुट मोए तारे जपो ऐसे गुरु को बल बल जाइए आप मुकुट मोए तारे ऐसा गुरु कौन है मेरा आप मुकुट तारण योग है ये तारण हर गुरु ग्रंथ साहिब शब्द गुरु ये पांच पुस्तक शरीर है इनू खुराक मिल जाए तो कायम रहेगा नहीं मिले मर जाएगा शरीर पर आत्मा शब्द रूपी वो नहीं मरती जपो जपो ऐसे गुरु को बल बल जाइए ਭੈਣਾ ਬਿਰਦ ਸਾਰੇ ਜਪੋ ਕੋਈ ਰਸਨਾ ਖਾਲੀ ਨਾ ਰਹੇ ਜਪੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਏ ਤਾਰੇ ਜਪੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਏ ਤਾਰੇ ਜਪੋ ਕੋਈ ਗੁਣ ਤੇ ਆ ਗਿਆ ਇੰਨੇ ਗੁਣਾਂ ਦਾ ਭੰਡਾਰ 1430 ਅੰਗ ਇੰਨੇ ਭਗਤ ਇੰਨੀਆਂ ਦਾਤਾਂ ਲੈ ਕੇ ਸਾਨੂੰ ਦੇਣ ਵਾਸਤੇ ਬੈਠੇ ਨੇ ਕਮਨ ਕਮਨ ਗੁਣ ਕਮਨ ਗੁਣ ਲਈ ਜਪੋ ਕਮਨ 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 ਗੁਣ ਕਈਆ ਅੰਤ ਨਹੀਂ ਕਿਜ ਪਾਰੇ ਅੰਤ ਨਹੀਂ ਕਿਜ ਪਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਹੋਏ ਤਾਰੇ ਐਸੇ ਗੁਰ ਕੋ ਬਲ ਬਲ ਜਾਈਏ लाख 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 कई कोर को है ऐसो विचार लखा करोड़ा में तो कोई ऐसे विचार ए गुरु गोविंद सिंह महाराज और विचार योग सन जिन्ना 41 साल 10 दिन दे विच एडी वड्डी खेड वरता के सानू गुरु ग्रंथ साहिब महाराज ਧੀਰ ਮਲੀਏ ਜੇ ਨਾ ਕਰ ਦਿੱਤੀ ਵੀ ਅਸੀਂ ਤੈਨੂੰ ਪ੍ਰਕਾਸ਼ ਨਹੀਂ ਦੇਣਾ ਜੇ ਤੂੰ ਏਡਾ ਗੁਰੂ ਹੈ ਤੇ ਆਪ ਪ੍ਰਕਾਸ਼ ਕਰ ਲੈ ਗੁਰੂ ਨੇ ਭਾਈ ਮਾਨ ਸਿੰਘ ਜਾ ਵੀ ਲਿਖੋ ਗੁਰੂ ਨੇ ਆਪ ਲਿਖੀ ਤੇ ਪ੍ਰਕਾਸ਼ ਕਰਕੇ ਫਿਰ ਆਪ ਵਿਆਖਿਆ ਕੀਤੀ ਕਹੋ ਕਬੀਰ ਜਨ ਭਏ ਖਲਾਸੇ ਤੂੰ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਸ ਲਾਗੇ ਬਿਸਮ 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 ਹੀ ਪਈ ਹੈ ਲਾਲ ਗੁਲਾਲ ਗਾਰੇ ਲਾਲ ਗੁਲਾਲ ਗਾਰੇ ਗੁਰੂ ਨੇ ਐਸੀ ਬਿਸਮਾਤ ਖੇਡ ਤੁਹਾਡੇ ਅੱਗੇ ਰੱਖੀ 40 ਸਿੰਘਾਂ ਨੇ ਜਦੋਂ ਇਹ ਕਥਾ ਸੁਣੀ 40 ਸਿੰਘ ਧਾਮ ਨੂੰ ਚਲੇ ਗਏ ਸਭ ਗਿਦਲਵੰਡੀ ਉਹਨਾਂ 'ਚ ਬਾਬਾ ਦੀਪ ਸਿੰਘ ਦੀ ਡਿਊਟੀ ਤੁਹਾਡੀ ਡਿਊਟੀ ਤਰਨ ਤਾਰਨ ਤੋਂ ਲਾਈ ਹੈ ਭਾਈ ਮਾਨ ਸਿੰਘ ਤੁਸੀਂ ਬਾਬਾ ਦੀਪ ਸਿੰਘ ਨਾਲ ਮਿਲ ਕੇ 5 ਪ੍ਰਕਾਸ਼ ਤੱਕਾਂ 'ਤੇ ਪ੍ਰਕਾਸ਼ ਕਰਨੇ
ਚੁੱਕੀ ਹੈ ਉਹ ਅਚਰਤ ਸਵਾਲ ਹੈ ਉਹ ਅੱਗੇ ਜਾ ਕੇ ਸ਼ਬਦ ਚ ਆਏਗਾ ਜਪੋ ਦਰਿਆ ਬੰਨ ਕੇ ਪਾਣੀ ਵੀ ਦੇ ਰਿਹਾ ਤੇ ਬਿਜਲੀ ਵੀ ਦੇ ਰਿਹਾ ਲੋਹ ਵੀ ਹੋ ਰਹੀ ਭਗਤ ਬਹਿਣੀ ਜੀ ਰਾਮ ਕਲੀ ਬਾਣੀ ਬਹਿਣੀ ਜੀ ਉਹ ਕੀ ਲਿਖਿਆ 974 ਅੰਗ ਦੇ 974 ਸੱਤ ਤੇ ਚਾਰ ਐਸੇ ਗੁਰ ਕੋ ਬਲ ਬਲ ਚਾਹੀਏ ਜਿਹਨੇ ਸ਼ਬਦ ਵਿਚਾਰ ਲਿਖੀ ਕੀੜਾ ਪਿੰਗਲਾ ਔਰ ਸੁਖ ਮਨਾ ਕੀੜਾ ਪਿੰਗਲਾ ਔਰ ਸੁਖ ਮਨਾ ਇਹ ਤੁਹਾਡੇ ਅੰਦਰ ਈੜਾ ਪਿੰਗਲਾ ਔਰ ਸੁਖ ਮਨਾ ਇਹ ਦੋ ਨਾੜੀਆਂ ਨੇ ਇਹਨਾਂ ਵਿੱਚੋਂ ਠੰਡੀ ਹਵਾ ਜਿਵੇਂ ਗੱਡੀ ਦੇ ਪੱਖਾ ਨੂੰ ਪੈਂਦੀ ਤੇ ਇੰਜਨ ਗਰਮ ਨਹੀਂ ਹੁੰਦਾ ਲਾਲ ਬੱਤੀ ਨਹੀਂ ਆਉਂਦੀ ਤੇ ਜਦੋਂ ਤੁਸੀਂ ਨਾਮ ਜਪਦੇ ਹੋ ਨਾਮ ਠੰਡਾ ਅਤਿਸ਼ ਕਹਿੰਦੇ ਅੱਗ ਨੂੰ ਜਦੋਂ ਨਾਮ ਜਪੋਗੇ ਤੇ ਨੱਕ ਦੇ ਜ਼ਰੀਏ ਤੁਹਾਡੇ ਇਸ ਦਿਮਾਗ ਨੂੰ ਠੰਡੀ ਹਵਾ ਜਾਏਗੀ ਤੇ ਜਦੋਂ ਤੁਸੀਂ ਨਾਮ ਨਹੀਂ ਜਪਦੇ ਬੇਕਾਰ ਕਰਦੇ ਹੋ ਤੇ ਗਰਮ ਹਵਾ ਜਾਂਦੀ ਹੈ ਤੁਹਾਨੂੰ ਕ੍ਰੋਧ ਆਉਂਦਾ ਹੈ ਤੇ ਫਿਰ ਗੁੱਸੇ 'ਚ ਲੜ ਪੈਂਦੇ ਹੋ ਤੇ ਜਾਂ ਫਿਰ ਕਿਸੇ ਦਾ ਕਤਲ ਕਰ ਦਿੰਦੇ ਹੋ ਇੱਕ ਨੱਕ ਬੰਦ ਹੋ ਜਾਂਦਾ ਗੁੱਸਾ ਦੋਵੇਂ ਬੰਦ ਹੋ ਜਾਂਦੇ ਬੰਦਾ ਕਤਲ ਕਰਨ ਲੱਗ ਜਾ ਜਾਂਦਾ ਕੀੜਾ ਪਿੰਗਲਾ ਔਰ ਸੁਖ ਮਨਾ ਤਿੰਨ ਬਸੇ ਕਟਾਏ ਤਿੰਨ ਦੋ ਆ ਇੱਕ ਅੰਦਰੂ ਗੁਪਤ ਜਿਵੇਂ ਗੰਗਾ ਜਮਨਾ ਤੇ ਸਰਸਵਤੀ ਗੁਪਤ ਹੈ ਉਹ ਸਾਡੇ ਦਸਮ ਦੁਆਰ ਜਦੋਂ ਬੱਚਾ ਉਲਟਾ ਪੈਦਾ ਹੁੰਦਾ ਉਹਦੇ ਆਲੇ ਦੁਆਲੇ ਖੂਨ ਦੀ ਧਾਰ ਤ੍ਰਿਪਕ ਤ੍ਰਿਪ ਕਰਕੇ ਬਣ ਕੇ ਉਹਦੇ ਦਸਮ ਦੁਆਰ ਨੂੰ ਕਵਰ ਕਰਦੀ ਜਿਵੇਂ ਸਾਡੇ ਸਰੀਰ ਅਤੇ ਕਿਡਨੀ ਅਤੇ ਦਿਲ ਨੂੰ ਕਵਰ ਕੀਤਾ ਹੋਇਆ ਜੇ ਮੋਰੀ ਹੋ ਜਾਏ ਤਾਂ ਜਰਾ ਅਸੀਂ ਮੰਦਰ ਵੜ ਕੇ ਸਾਨੂੰ ਬਰਬਾਦ ਕਰ ਦਿੰਦੇ ਕਿਹੜਾ ਪਿੰਗਲਾ ਔਰ ਸੁਖਮਣਾ ਤੀਨ ਬਥੇ ਕਟਾਏ ਬਹਿਣੀ ਸੰਗਮ ਤੈ ਪਰਾਗ ਮਨ ਮੰਜਨ ਕਰੇ ਤਥਾਹੀ ਉੱਥੇ ਮੰਜਨ ਉੱਥੇ ਐਸੀ ਸਟੇਜ ਦਾ ਜਾਪ ਕਰੇ ਸੰਤੋ ਨਰਿੰਦਰ ਰਾਮ ਹੈ ਗੁਰਗਮ ਜੀ ਨੇ ਬਿਰਲਾ ਕੋਏ ਗੱਲ ਕੋਈ ਬਿਰਲਾ ਚੀਨੇਗਾ ਬਿਰਲਾ ਅਭਿਆਸ ਕਰੇਗਾ ਪਹਿਲਾਂ ਜਾਪ ਜਿਹੜਾ ਨਾ ਉਹ ਪਿਛਲੀ ਵਾਰ ਦੱਸਿਆ ਸੀ ਨਾ ਜਿਹੜਾ ਬੰਦਾ ਕੰਨਾਂ ਨੂੰ ਕੁੰਡਲੀਆਂ ਬਣਾ ਕੇ ਕਟੋਰੀਆਂ ਅੰਦਰ ਨਾਮ ਨੂੰ ਪਾਉਂਦਾ ਕਈ ਇੱਧਰ ਧਾਗਾ ਪਾਇਆ ਇੱਧਰ ਨਿਕਲ ਕੇ ਉਹਦਾ ਕੋਈ ਮੁੱਲ ਨਹੀਂ ਮੂਰਤੀ ਦਾ ਜਿਹੜਾ ਇੱਥੋਂ ਪਾਇਆ ਨੱਕ ਰਾਹੀਂ ਨਿਕਲ ਗਿਆ ਉਹਦਾ ਅੱਧਾ ਮੁੱਲ ਹੈ ਪਰ ਜਿਹਦਾ ਇੱਥੋਂ ਪਾਇਆ ਅੰਦਰ ਚਲਾ ਗਿਆ ਉਹਦਾ ਪੂਰਾ ਮੁੱਲ ਉਹਦਾ ਮੁੱਲ ਕੋਈ ਦੇ ਨਹੀਂ ਸਕਦਾ
संगम ता पराग मन मंजन करे तथाई संतो तहां नरंजन राम है तहां नरंजन राम है दुर्गम चीने बिरला कोए तहां नरंजन मैया होए देव स्थान क्या निशानी उसे की निशानी है उस देव स्थान दी जिथे परमात्मा का टिकाणा है उसकी की निशानी देव निशाने क्या निशानी ते बाजे शब्द अनाद बाणी ते बाजे शब्द अनाद बाणी उसे फिर चानन किवें दा आ जरा तुसीं सूरज वेखदे हो ਇਹ ਜਿਹੜਾ ਦੂਰ ਲੱਗਦਾ ਨੇੜੇ ਇਹ ਜਿਹੜੇ ਤਾਰੇ ਵੇਖਦੇ ਹੋ ਨੇੜੇ ਤੈ ਚੰਦ ਨਾ ਸੂਰਜ ਪੌਣ ਨਾ ਪਾਣੀ ਸਾਖੀ ਜਾਗੀ ਗੁਰਮੁਖ ਜਾਣੀ ਉਪਜੇ ਗਿਆਨ ਗੁਰਮਤ ਛੀਜੈ ਅੰਮ੍ਰਿਤ ਰਸ ਗਗਨ ਅੰਦਰ ਪੀਜੈ ਇਸ ਕਲਾ ਜੋ ਜਾਣੇ ਪਿਓ ਪੇਟੇ ਤਾਤ ਪਰਮ ਗੁਰ ਦੇਓ ਦਸਮ ਦੁਆਰ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਕਾਟੀ ਉਪਰ ਹਾਟ ਹਾਟ ਪਰ ਆਲਾ ਪੀਤਰ ਬਾਟੀ ਪਾਲੇ ਪੀਤਰ ਬਾਟੀ ਫਿਰ ਅਵਸਥਾ ਕਿਹੜੀ ਬਣੇਗੀ ਜਿਹੜੀ ਤੁਹਾਨੂੰ ਨਿੰਦਰ ਆ ਜਾਂਦੀ ਝਟਕਾ ਲੱਗ ਜਾਂਦਾ ਜਿਹੜੀ ਮਾਲਾ ਇੱਧਰ ਡਿੱਗ ਪੈਂਦੀ ਆਪ ਇੱਧਰ ਲੇਟ ਜਾਂਦੇ ਮਾਲਾ ਹੱਥੋਂ ਨਿਕਲ ਗਈ ਪਤਾ ਕਿਸ਼ਨ ਸਿੰਘ ਨੂੰ ਪਤਾ ਜਦੋਂ ਬਾਬਾ ਜੀ ਕੋਲ ਮਾਲਾ ਜਪਦੇ ਸਾਂ ਵੱਡੀ 2400 ਮਰਗਿਆਂ ਦੀ ਅਤੇ ਉਸ ਵੇਲੇ ਜਿੰਨੇ ਬੈਠੇ ਹੁੰਦੇ ਸਨ ਉਹ ਕੋਈ ਥੋੜ੍ਹੇ ਬਾਅਦ ਪਿਸ਼ਾਬ ਚਲਾ ਗਿਆ ਬਾਥਰੂਮ ਚਲਾ ਗਿਆ ਸਾਡੇ ਕੋਲ ਨਾਜਰ ਸਿੰਘ DSP ਹੁੰਦੇ ਗਿੱਲ ਉਹਦੇ ਹੱਥੋਂ ਮਾਲਾ ਹੀ ਟਿੱਕ ਪੈਂਦੀ ਸੀ ਕੋਸ਼ਿਸ਼ ਤਾਂ ਬੜੀ ਕਰਦਾ ਸੀ ਪਾਠੀ ਇੰਨਾ ਚੰਗਾ ਸੀ ਨਾ DSP ਸੀ ਸਿਗਨਲ ਦਾ ਪਾਠੀ ਇੰਨਾ ਚੰਗਾ ਸੀ ਕਿ ਪੰਛੀ ਵੀ ਇੱਕ ਪੈਰ ਦੇ ਭਾਰ ਖਲੋ ਜਾਂਦੇ ਸੀ ਉਹਦੇ ਪਾਠ ਨੂੰ ਵੇਖ ਕੇ ਸੁਣ ਕੇ ਇੰਨਾ ਸ਼ੁੱਧ ਇੰਨਾ ਸਪਸ਼ਟ ਅਤੇ ਇੰਨਾ ਪਿਆਰ ਦਾ ਪਾਠ ਕਰਦੇ ਪਰ ਜਦੋਂ ਅਸੀਂ ਟੈਂਟ 'ਚ ਰਹਿੰਦੇ ਸਾਂ ਕਿਉਂਕਿ ਸਾੜਾ ਤਾਂ ਹੁੰਦਾ ਹੀ ਆ ਨਾ ਸਾਡਾ ਟੈਂਟ ਆ ਕੇ ਉਹਦੀ ਮੇਮ ਸਾਹਿਬ ਨੇ ਲਿਪਿਆ ਕਰਨਾ ਪ੍ਰਸ਼ਾਦਾ ਲੈ ਕੇ ਵੀ ਕਦੀ ਆ ਜਾਣਾ ਲਓ ਤੂੰ ਇੱਕ ਹੌਲਦਾਰ ਦਾ ਪ੍ਰਸ਼ਾਦਾ ਲੈ ਕੇ ਆਉਂਦੀ ਤੂੰ DSP ਹੈ ਆਖਿਰਕਾਰ ਇੱਕ ਦਿਨ ਹੁਕਮ ਹੋਇਆ ਮੈਂ ਕਿਹਾ ਨਾਜਲ ਸਾਹਿਬ ਛੱਡ ਦਿਓ ਨੌਕਰੀ ਛੱਡ ਦਿੱਤੀ ਹੁਣ ਜਦੋਂ ਓਲੀ ਨੌਕਰ ਚਾਕਰ ਮਿਲੇ ਹੋਣ ਤਾਂ ਫਿਰ ਆਪੇ ਕੰਮ ਕਰਨਾ ਪਾ ਤਾਂ ਔਖਾ ਹੁੰਦਾ ਹੀ ਆ ਕਈ ਵਾਰੀ ਮਨ 'ਚ ਰੋਸ ਆ ਗਿਆ ਨਾ ਨੌਕਰੀ ਕਰਦੇ ਤੇ ਨੌਕਰ ਚਾਕਰ ਸੀ ਗੱਡੀ ਸੀ ਹੁਣ ਤਾਂ ਨਾ ਨੌਕਰ ਹੈ ਨਾ ਗੱਡੀ ਹੈ ਉਹਦੀ 84 ਦਾ ਕਾਂਡ ਸੀ ਇਹਨਾਂ ਦੇ ਇੱਕ ਰਵਾੜੀ ਪਲਾਟ ਸੀ ਅਸੀਂ ਕਿਹਾ ਜਿੰਨੇ ਦਾ ਮਗਰੂ ਲੈਂਦਾ ਲਾਇਓ ਵੇਚਿਓ ਬੜਾ ਮਹਿੰਗਾ ਪਲਾਟ ਸੀ ਪਰ ਉਹ 36,000 ਦਾ ਵੇਚਿਆ ਕਹਿੰਦੇ ਹੁਣ ਕੀ ਕਰੀਏ ਮੈਂ ਕਿਹਾ ਕੋਈ ਨਹੀਂ ਸ਼ਾਹ ਬਹਾਦਰ ਹੁਣ ਤੁਸੀਂ ਅੰਮ੍ਰਿਤਸਰ ਜਾਓ ਇੰਨੇ ਕੁ ਪੈਸੇ ਲੈ ਜਾਓ ਇੱਕ ਪੰਡਿਤ ਤਿੰਨ ਦੁਕਾਨਾਂ 2 ਮੰਜ਼ਿਲਾ ਘਰ ਬਣਿਆ ਗੇਟ ਲੱਗਾ ਬਾਥਰੂਮ ਬਣਿਆ ਕਹਿੰਦੇ ਕਿੰਨੇ ਪੈਸੇ ਨੇ ਕਹਿੰਦੇ 38,000 ਕਹਿੰਦੇ 38,000 ਜਾ ਮੈਂ ਤਾਂ ਇੱਕ ਰਾਜ ਨਹੀਂ ਰਹਿਣਾ 38,000 ਦੇ ਕੇ ਤੈਨੂੰ ਸਾਰਾ ਮਕਾਨ 3 ਦੁਕਾਨਾਂ ਵੀ ਦੇ ਗਿਆ ਦੇਖੋ ਮਹਿੰਗਾ ਸਸਤਾ ਵੀ ਕਿਹਾ ਤਾਂ ਸਸਤਾ ਹੀ ਮਿਲ ਗਿਆ ਮੈਂ ਕਿਹਾ ਨੌਕਰੀ ਅਪਲਾਈ ਕਰ ਦਿਓ ਸ਼ੂਗਰ ਮਿਲੇ ਤੈਨੂੰ ਧੁਰੀ ਮਿਲੀ ਉਹਦੇ ਬਾਅਦ ਕਿੰਨੀਆਂ ਮਿੱਲਾਂ ਦਾ UP ਅੰਦਰ ਸਰਦਾਰ ਮਜੀਠੀਆ ਦੀ ਮਿੱਲਾਂ ਦਾ ਡਾਇਰੈਕਟਰ ਬਣੇ ਕਿੰਨੀ ਤਨਖਾਹ ਮਿਲੀ ਅਸੀਂ ਜਦੋਂ ਉਹਨਾਂ ਦੇ ਘਰ ਗਏ ਸੋਨੇ ਦੇ
ਸੋਨੇ ਦੀਆਂ ਪਿਆਲੀਆਂ ਸੋਨੇ ਦੇ ਕੱਪਾਂ ਦੇ ਅੰਦਰ ਸਾਨੂੰ ਚਾਹ ਪਿਆਉਣ ਲੱਗੇ। ਮੈਂ ਕਿਹਾ ਭਾਈ ਇਹ ਕੋਈ ਸ਼ੇਰਨੀ ਦਾ ਦੁੱਧ ਤਾਂ ਆਏ ਨਹੀਂ ਜਿਹੜਾ ਫਟ ਜਾਏਗਾ, ਸਾਨੂੰ ਤਾਂ ਨਾਰਮਲ ਕੱਪਾਂ 'ਚ ਹੀ ਦੇ ਦਿਓ। ਕਹਿੰਦੇ ਨਹੀਂ ਬਾਬਾ ਜੀ ਹੁਣ ਤਾਂ ਲੈ ਆਇਆ। ਮੈਂ ਕਿਹਾ ਚਲੋ ਲਿਆਓ ਫਿਰ। ਸਤਸੰਗ ਜੀਵਨ ਕਿਵੇਂ ਬਣਦਾ? ਜੀਵਨ ਬੜਾ ਬਣਾਇਆ ਬਣਦਾ, ਯਕੀਨ ਤਾਂ ਕਰਨਾ ਹੀ ਪੈਂਦਾ ਪਰਮਾਤਮਾ ਦੇ। ਜਪੋ ਐਸੀ ਗੁਰ ਕੋ ਬਲ ਬਲ ਜਾਇਐ ਆਪ ਮੁਕਤ ਹੋਏ ਸਾਰੇ। ਜਪੋ ਐਸੀ ਗੁਰ ਕੋ ਬਲ ਬਲ ਜਾਇਐ ਆਪ ਮੁਕਤ ਹੋਏ ਸਾਰੇ। ਫਿਰ ਉਸ ਦਸਮ ਦੁਆਰ ਤੇ ਪਹੁੰਚ ਗਿਆ ਆਲੇ ਉੱਪਰ ਵਾਸੀ। ਫਿਰ ਜਾਗਤ ਰਹੇ ਉੱਥੇ ਫਿਰ ਤੁਹਾਨੂੰ ਜਾਗ ਆ ਜਾਏਗੀ, ਤੁਸੀਂ ਹੋਸ਼ 'ਚ ਬੈਠੋਗੇ ਸਿਮਰਨ 'ਚ। ਕਿਉਂਕਿ ਕਦੇ ਕਦੇ ਜਦੋਂ ਤੁਸੀਂ ਅਭਿਆਸ 'ਚ ਬੈਠੋਗੇ ਨਾ ਤੁਹਾਨੂੰ ਭੇਖ ਬਦਲਾ ਕੇ ਜਿਵੇਂ ਰਾਮ ਦੇ ਅੱਗੇ ਨਕਲੀ ਹਿਰਨ ਸੋਨੇ ਦੀ ਖੱਲ ਬਣਾ ਕੇ ਆ ਗਿਆ, ਸੀਤਾ ਨੇ ਕਹਿ ਲੈਂਦੇ ਲੈ ਕੇ ਆਓ, ਦੂਰ ਲੈ ਗਿਆ, ਦੂਰ ਜਾ ਕੇ ਆਵਾਜ਼ ਦਿੱਤੀ ਹੇ ਰਾਮ। ਕਹਿ ਲਗੇ ਕੋਈ ਭੀੜ ਪੈ ਗਈ ਹੈ ਲਕਸ਼ਮਣ, ਵੀ ਜਾਓ ਆਪਣੇ ਭਰਾ ਦੀ ਮਦਦ ਕਰੋ। ਕਹਿੰਦੇ ਨਹੀਂ ਮੈਨੂੰ ਬਿਠਾ ਕੇ ਗਿਆ, ਮੈਂ ਨਹੀਂ ਜਾਣਾ। ਕਹਿ ਲਗੇ ਇਹਦਾ ਮਤਲਬ ਤੂੰ ਉਹਨੂੰ ਮਰਵਾਉਣਾ ਚਾਹੁੰਦਾ ਤੇ ਉਹ ਮੇਰੇ 'ਤੇ ਕਬਜ਼ਾ ਕਰਨਾ ਚਾਹੁੰਦਾ? ਕਹਿੰਦਾ ਜੇ ਤੂੰ ਕਹਿੰਦੀ ਹੈ ਤਾਂ ਸੀਤਾ ਮੈਂ ਜਾਣਾ। ਕਹਿੰਦਾ ਲਕੀਰ ਮਾਰ ਚੱਲਿਆ ਲਕਸ਼ਮਣ ਰੇਖਾ, ਪਰ ਇਹਨੂੰ ਪਾਰ ਨਾ ਕਰੀ। ਪਰ ਜਦੋਂ ਦਿਨ ਮਾੜੇ ਆਉਂਦੇ ਨਾ, ਜਦੋਂ ਬੰਦੇ ਕੋਲ ਭੁੱਲ ਹੁੰਦੀ ਹੈ, ਉਦੋਂ ਬੰਦਾ ਆਪਣਾ ਪੈਂਦੜਾ ਬਦਲ ਜਾਂਦਾ। ਉਹ ਬਾਹਰ ਲਕੀਰ ਤੋਂ ਇੱਕ ਪੈਰ ਬਾਹਰ ਰੱਖਿਆ, ਉਹਨੂੰ ਚੁੱਕ ਕੇ ਝੋਲੇ 'ਚ ਪਾ ਲਈ, ਉਹ ਬਾਹਰ 'ਤੇ ਬੈਠੀ ਲੰਕਾ ਲੈ ਗਿਆ। ਕਈ ਵਾਰੀ ਤੁਹਾਡੇ ਕੋਲ ਇਹ ਪਤਾ ਲੱਗੇਗਾ ਕਿ ਗੁਰੂ ਨਾਨਕ ਆ ਗਿਆ, ਗੁਰੂ ਗੋਬਿੰਦ ਸਿੰਘ ਆ ਗਿਆ, ਇਹ ਬਾਬਾ ਦੀਪ ਸਿੰਘ ਆ ਗਏ ਨੇ, ਬਾਬਾ ਬੰਦਾ ਸਿੰਘ ਆ ਗਏ। ਪਰਖ ਕਰੋ, ਪਰਖ ਮੇਰੇ ਪਰਖ ਹੈ ਮੂਰਖ ਖਾਮ ਦੇ, ਪਰਖ ਕਰੋ ਕੌਣ ਹੈ। ਦੇਖੋ ਨਾ ਨਕਲੀ ਪਾਸ ਬਣਾ ਕੇ ਵੀ ਤਾਂ ਫੌਜ ਦੇ ਅੰਦਰ ਬੰਦਾ ਵੜ ਜਾਂਦਾ ਨਾ, ਤਾਂ ਹੀ ਨੁਕਸਾਨ ਕਰਦਾ ਨਾ। ਇਸ ਕਰਕੇ ਉਹ ਫਿਰ ਰੋਗ ਲਾ ਜਾਂਦੇ ਨੇ ਤੁਹਾਨੂੰ, ਤਾਂ ਤੂੰ ਪਰਖ ਕਰੋ। ਜਾਗਤ ਰਹੇ ਸੋ ਕਬੂ ਨਾ ਸੋਵੇ ਤੀਨ ਲੋਕ ਕੇ ਸਮਾਨ ਪਲੋਵੇ, ਤੀਨ ਲੋਕ ਸਮਾਨ ਪਲੋਵੇ ਬੀਜ ਮੰਤਰ ਲੈ ਹਿਰਦੇ ਰਹੇ ਮਨੁਆ ਉਲਟ ਸੁਨ ਮੈਂ ਕਹਿ ਮਨੁਆ ਉਲਟ ਬਾਹਰ ਟੁੱਲਦਾ ਉਹ ਅੰਦਰ ਟਿਕਣ ਲੱਗ ਜਾਏਗਾ। ਆਲਸ ਕਦੇ ਨਹੀਂ ਵਾਸੀ, ਕਦੇ ਨੀਂਦ ਕਦੇ ਨਹੀਂ ਆਏਗੀ। ਜਾਗਤ ਰਹਿਣਾ ਅਲਿਆ ਪਾਕੇ ਪਾਂਚੋ ਇੰਦਰੀ ਵਸ ਕਰ ਰਾਖੇ, ਪਾਂਚੋ ਇੰਦਰੀ ਵਸ ਕਰ ਰਾਖੇ ਗੁਰ ਕੀ ਸਾਖੀ ਰਾਖੇ ਚੀਤ ਮਨ ਤਨ ਅਰਪ ਕ੍ਰਿਸ਼ਨ ਪਰੀਤ, ਮਨ ਤਨ ਅਰਪ ਕ੍ਰਿਸ਼ਨ ਪਰੀਤ। ਕ੍ਰਿਸ਼ਨ ਦੁਆਪਰ ਦੇ
ਭਗਵਾਨ ਕ੍ਰਿਸ਼ਨ ਦੀ ਨਹੀਂ ਗੱਲ ਕਹੀ। ਕ੍ਰਿਸ਼ਨ ਕਹਿੰਦੇ ਨੇ ਲੀਨ, ਜਿਵੇਂ ਰਾਧਾ ਰਾਧਾ ਕਰਦੇ ਨੇ। ਰੁਕਮਣੀ ਨਹੀਂ ਕਿਹਾ ਕਿਸੇ ਨੇ, ਕਿਉਂਕਿ ਲੀਨ ਹੋ ਗਈ। ਕਹਿੰਦੇ ਨੇ ਤੁਸੀਂ ਵਿਆਹ ਮੇਰੇ ਨਾਲ ਹੋ ਤੇ ਹਰ ਵੇਲੇ ਰਾਧਾ ਰਾਧਾ ਕਰਦੇ ਹੋ। ਕਹਿੰਦੇ ਨੇ ਤੂੰ ਸਾਡੇ ਸਰੀਰ ਕਰਕੇ ਰਹਿੰਦੀ ਹੈ, ਉਹ ਸਾਡੀ ਨਜ਼ਰ ਥੱਲੇ ਰਹਿੰਦੀ ਹੈ। ਨਦਰੀ ਨਦਰ ਨਿਹਾਲ ਤਾਰੇ ਪਾਲਾ ਸਖਾ ਵਿਚਾਰੇ ਆਪਣਾ ਜਨਮ ਅਸੁਰ ਨਦੀ ਕਾ ਬਾਂਧੇ ਮੂਲ ਪੱਛਮ ਫੇਰ ਚੜਾਵੇ ਸੂਲ ਪੱਛਮ ਫੇਰ ਚੜਾਵੇ ਸੂਲ ਪੱਛਮ ਰੀੜ ਦੀ ਹੱਡੀ ਤੋਂ ਪਿਛਲਾ ਹਿੱਸਾ ਇਹਨੂੰ ਪੱਛਮ ਕਿਹਾ। ਇਹ ਪੌੜੀਆਂ ਦੀ ਚੜ ਕੇ ਪਿਛਲੇ ਪਾਸੇ ਦਸਮ ਦੁਆਰ ਜਿੱਥੇ ਪੱਗ ਵਾਲਾ ਉੱਥੋਂ ਸਰਾਖ ਦੇ ਰਾਹੀਂ ਅਤੇ ਫਿਰ ਅੰਦਰ ਜਾ ਕੇ ਆਪਣੀ ਸੇਜਾ 'ਤੇ ਬੈਠਦਾ, ਮਨ ਪ੍ਰਗਟ ਹੁੰਦਾ। ਜਗਨ ਉਸ ਵੇਲੇ ਐ ਪਤਾ ਲੱਗੇਗਾ ਕਿ ਮੈਂ ਦੁਬਾਰਾ ਜਦੋਂ ਆਤਮਾ ਇੱਕ ਵਾਰੀ ਉਹ ਸੇਜਾ 'ਤੇ ਆਉਂਦੀ ਹੈ ਉਸ ਵੇਲੇ ਝੁੰਚ ਨਹੀਂ ਆਉਂਦੀ। ਐਂ ਪਤਾ ਲੱਗੇਗਾ ਕਿ ਮੇਰੀ ਆਤਮਾ ਚਲੀ ਗਈ, ਪਤਾ ਨਹੀਂ ਦੁਬਾਰਾ ਨਾ ਆਈ ਅਤੇ ਮੈਨੂੰ ਪਤਾ ਨਹੀਂ ਮਰਨਾ ਹੀ ਪੈ ਜਾਏਗਾ। ਅਤੇ ਗੁਰੂ ਸਾਹਿਬ ਕਹਿੰਦੇ ਨਹੀਂ, ਅਜਰ ਜਰੇ ਸੋ ਨਿਜਰ ਜਰੇ ਯਾਰ, ਜਿਵੇਂ ਸਿੰਘਾਂ ਨੂੰ ਕਿਹਾ ਸੀ ਤੁਸੀਂ 6 ਦਿਨ ਰੁਕ ਜਾਓ ਅਨੰਦਪੁਰ ਸਾਹਿਬ, ਤੁਹਾਡੀਆਂ ਪਤਾਲ ਤੱਕ ਜੜ੍ਹਾਂ ਕਰ ਦਿਆਂਗੇ। ਪਰ ਕਹਿੰਦੇ ਅਸੀਂ ਘੜੀ ਨਹੀਂ, ਇਹਦਾ ਕੀ ਜਾਂਦਾ, ਇਹਦੇ ਆਪਣੇ ਦੇ ਬੱਚੇ ਹੋਏ ਨੇ, ਸਾਡੇ ਹੀ ਮਰ ਰਹੇ ਨੇ। 40 ਸਿੰਘਾਂ ਨੇ ਵਧਾਵਾ ਲਿਖ ਕੇ ਦੇ ਦਿੱਤਾ, ਅਸੀਂ ਤੇਰੇ ਸਿੱਖਣੇ ਤਾਂ ਤੂੰ ਸਾਡਾ ਗੁਰੂ ਨੇ। ਇਹਨੂੰ ਕਹਿੰਦੇ ਅਜਰ ਜਰੇ ਜਗਨਨਾਥ ਸਿਉਂ ਚੌਮੁਖ ਦੀਵਾ ਜੋਤ ਦਵਾਰ ਪਲੂ ਅਨਤ ਮੂਲ ਵਿਚਕਾਰ ਚੌਮੁਖ ਦੀਵਾ ਅੱਗੇ ਸੱਜੇ ਖੱਬੇ ਪਿੱਛੇ ਇਹ ਨੇਤਰ ਦੇ ਵਿੱਚ ਜਦੋਂ ਦਸਮ ਦੁਆਰ ਦਾ ਦੇ ਉੱਤੇ ਤੁਸੀਂ ਬਹਿ ਜਾਓਗੇ ਅਤੇ ਉਸ ਵੇਲੇ ਫਿਰ ਦੀਵਾ ਜਿਹੜੀ ਅੰਮ੍ਰਿਤ ਦੀ ਥੈਲੀ ਹੈ ਉਹ ਫਿਰ ਰਸਤੇ ਨਾਲ ਸਿਮ ਸਿਮ ਕੇ ਤੁਹਾਡੀ ਜੀਭਾ 'ਤੇ ਆਏਗੀ। ਭਾਵੇਂ ਤੁਸੀਂ 8 ਘੰਟੇ ਕੀਰਤਨ ਕਰੋ ਅਤੇ 8 ਘੰਟੇ ਸਿਮਰਨ ਕਰੋ। ਸਰਬ ਕਲਾ ਲੈ ਆਪੇ ਰਹੇ ਮਨ ਮਾਨਕ ਰਤਨਾ ਮੈਂ ਗਏ ਮਨ ਮਾਨਕ ਰਤਨਾ ਮੈਂ ਮਸਤਕ ਪਦਮ ਦੁਆਲੇ ਮਣੀ ਜਿਹੜੇ ਮਸਤਕ ਦੇ ਅੰਦਰ ਜਿਹੜੀ ਅੰਦਰ ਬੈਠੀ ਨਾ ਤਾਕਤ ਉਹ ਮਣੀ ਦੇ ਰੂਪ ਵਿੱਚ ਪ੍ਰਗਟ ਹੋ ਜਾਏ ਅਤੇ ਦੁਆਲੇ ਮਣੀ ਉਹਦੇ ਆਲੇ ਦੁਆਲੇ ਇੰਨੀ ਲੋਭ ਮਸਤਕ ਪਦਮ ਦੁਆਲੇ ਮਣੀ ਮੈਂ ਨਰਿੰਦਨ ਤ੍ਰੈ ਪਵਨ ਤਣੀ ਪੰਚ ਸ਼ਬਦ ਨਿਰਮਾਲ ਬਾਜੇ ਡੁੱਲ ਕੇ ਜਵਰ ਸ਼ੰਖ ਕਾਨ ਗਾਜੇ ਇਹ ਪਤਾ ਲੱਗੇਗਾ ਤੁਸੀਂ ਜਿਵੇਂ ਝੂਲੇ 'ਚ ਬੈਠੇ ਹੋ ਤੁਹਾਡੇ ਤੇ ਸ਼ਬਦ ਢੁੱਲ ਰਹੀ ਹੈ ਤੁਹਾਡੀ ਸੇਵਾ 'ਚ ਕਿੰਨੇ ਲੋਕ ਲੱਗੇ ਨੇ ਜੀ
दल मल दे तो गुरुमुख ज्ञान कहते सानू फ्रूट दे दियो तो ते दुकान वाला पूछता है पपीता तैयार चाहिए कि दो दिन बाद दा कहते ने आज नहीं खाना दो दिन बाद दा दियो। महापुरुष चले गए किसी के घर प्रशादा बनाया प्यार किया खुशी के अंदर सस ने भी नमक पाता सब्जी अंदर सब्जी में तो लून पाना याद रह गया पर खुशी अंदर दाल च पाना भुल गई ते नाल सेवक सी मुर्शद दे नाल सेवक जा रहा सी प्रशादा जो छकन लगे क्योंकि खुशी के अंदर पूछा नूह ने माता नमक मिर्च पाती सब्जी कहते एक च पाती पता नहीं कहड़ी चाहिए खुशी के अंदर जिदे च नहीं ओद पा दे उन्हें सब्जी च पाई सी मां ने नूह ने भी ओ पाती डबल हो गई जो पहली ग्राही मारी आवाज दे के उठ पिया की खावा कहने खावा जा मरा कहने पर ए नहीं तो दूजी खा लगा फिर भी उठ पिया कहने की खावा ये तो कुछ है ही नहीं वो नमक मिर्च तो है सी कहने दोनों ने मिला के खा ला रल जा फिर जो ओ प्रशादा लै गए दूजा बना के लिया महापुरुषा ने पूछया हूँ सस ने मैं वडेरी हाँ मैनू तो याद नहीं रहा नमक मिर्च कि पाना तू बना नूह ने नम व्याई प्रशादा बनाया लो बाबा जी प्रशादा खाओ कह लगे दसो बेटा प्रशादा ताजा बनाया कि बया ते आखन लगी इस घर से कदी ताजा बनया ही नहीं इतने तो सारे बया ही खाते ने सस नू गुस्सा आ गया कमर कसा कर लिया कह लगी जालन दे जरे महापुरुषों ने फिर यदि सार लैनी कह लगे कदे घर ताजा खाना बनया ही नहीं कहते नहीं कहते नहीं बाबा जी रोज ताजा बनया हूं ही ताजा बनाया कहते रोटी ताजी बना ताजी नहीं बनती इस घर में अमृत वेले तो कोई उठा ही नहीं सारे 9 बजे उठते हैं कोई 12 बजे उठता है कहते ताजा खाना बनता ही नहीं तो खान के जिन्हें लेट उठना है उन्हें तो फिर बया ही रोटी खानी सस नूं अकल आ गई कि अज के बाद अमृत वेले उठना है जपो ऐसे गुरु को बल बल जाइए आमुकत मोए तारे ऐसे गुरु को बल बल जाइए आमुकत मोए तारे ऐसे गुरु को बल बल जा
को ऐसे गुरे को बल बल जाए मुकद होए तारे हर जियो गुफा अंदर रख बाजा पवन बजाया बजाया बाजा पौन नौ द्वारे प्रगट किए दसमा को पतर काया दसमा को पतर काया गुरुवार लाए पावनी एक न दसमा द्वार दिखाया ते अनेक रूप नौ नाम तिथिदा अंत न जाई पाया ते नान हर प्यारियो गुफा मने सुख बनिया जो स्टेजा पार करता गया एक एक करके बंजर जमीन एक सी लाओगे तो पता नहीं लगेगा पहली बाई कदम छिछरा वटना पन्नी वटनी किन्ने काम ने जेड़ा बंदा किन्ने दिन का गुरु तो विछड़िया एकदम गुरु ना किवें मिलेगा गुरु गोबिंद सिंह महाराज ताज दे माता दो मन तैयार सी ना जे मकई सुकी होवे ते कढ़ाई च पाते फुलड़े बन जाती पर जे हुण गिली फिर फुलड़ा नहीं डड्डे बनते डड्डे जीवन का मुल है माई परौंठा दो शक्कर च पा के ले जा रही थी ते गुरु गोबिंद सिंह महाराज ने याद कर दी एक कलगिया वाले पातशाह मैं पता नहीं वक्त नाल अपना ना अपना पता नहीं मेरे इन्ने स्वास्थ है कि नहीं मैं परौंठे बड़े प्रीत नाल ले आई हाँ अज मेरे प्रवान कर रहे गुरु साहब बिना काठी तो घोड़े से बैठ के पंजा सिंह ने नाल लिया ते एक पासे जाके खलो गए माता जी किथे जा रहे हो गुरु करके तर पातशाह मेरे गुरु गोबिंद सिंह महाराज के आ प्रसाद लेके जा रही हैं कहने माता सानू भुख बड़ी लगी लो तुसी खा लो तुसी छक लो तुसी भी उहदा रूप है मैं समझांगी ओयो छकन वास्ते आ गए इन्नी कृपा भांडा तैयार सी ना कृपा की जाग लग गया दसम द्वार खुल गया कबीर साहब कहते ने संतो मन पवने सुख बने कुछ जोग परापत गणया गुर सख लाई मोरी जित मृग पड़त है चोरी ओ दरवाजा गुरु ने बंद करवाया जित मृग चुंगी मार के अंदर खेती दे वड़ के उन्हें लुट पुट के खा जाते गुरु ने वो रस्ता बंद करवाया एक एक करके जित मृग पड़त है चोरी मूंद लिए दरवाजे बाजिया ले अनाहत बाजे बाजी आले अनाहत बाजे को
तुमने कमल जल परया जल मेटया उबा करया कहो कबीर जम जानया जो जानया तो मन मार कहते ने दद्दा दोष दद्दा देश सुनहारा सारे तुहानू प्राप्त होएगा भी दरख्त च भी हो हर बना दूध खिलिया होया जन अदेख तच रख बेचारा जाना देख तच रख बेचारा दसमे द्वार कुंजी जब दीज क्यों दयाल को दर्शन की जय उसे आगे रस पहचानना रारा रस नृत्य कर जाने होए निरस सो रस पहचाने ए रस छाट ओ रस आवा ओ रस पीना ए रस ने पावा आत्म रस जय जान रंग सहजे मान नानक तन 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 आए थे परवान ऐसे गोर को बल बल जाइए आप कस मोए तारे ऐसे गोर को बल बल जाइए बड़ी एक बख्शिश दी एक और सिख नु दसिया कि तू उथे नहीं कामयाब होए इत हो जा मोल अमोल नाम पाया जाई कर कृपा गुरु देवाया था अदृश्य अगोचर परम काम मिल साध अकथ कथाया था साधु कथ कथाया था अनाद शब्द दसों द्वारा जयो अमृत नाम जो आया था तोट नहीं मन कृष्णा खुट भंडार समाया था चरण 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 गुर सेव अगर कड़ो रस पाया था सहजे आवा सहजे आवा सहजे मन खेलाया था का नानक परम पिंगला बूझे जान आपे न अलख लखाए ईड़ा पिंगला बूझे जाए आपे अलख लखाए नानक ते पर साचा सतगुर शब्द समाए तेरी कुदरत तू है जाने
ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਬਜਾਣੇ ਤੇਰਿਆਂ ਭਗਤਾਂ ਕੋ ਬਲਿਆਰਾ ਤੇਰਿਆਂ ਭਗਤਾਂ ਕੋ ਬਲਿਆਰਾ ਐਸੇ ਗੁਰ ਕੋ ਬਲ ਬਲ ਜਾਈਏ ਆਮੁਖਤ ਮੋਇਦਾ ਸ਼ਬਦ ਗੁਰੂ ਨੂੰ ਪਾਉਣ ਵਾਸਤੇ ਸ਼ਬਦ ਗੁਰੂ ਨਾਲ ਮਿਲਣ ਵਾਸਤੇ ਉਹ ਦਾਤ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਪਰ ਜੇ ਤੁਸੀਂ ਆਪਣੇ ਮਨ ਦੇ ਨਾਲ ਅਸੀਂ ਤਾਂ ਰਿਸ਼ਤੇਦਾਰੀਆਂ 'ਚ ਦੀ ਸੇਵਾ 'ਚ ਲੱਗ ਜਾਂਦੇ ਹਾਂ ਅੱਜ ਇਹਨਾਂ ਨੂੰ ਮੀਟ ਸ਼ਰਾਬ ਨਹੀਂ ਖਵਾਇਆ ਅਤੇ ਕੱਲ੍ਹ ਨੂੰ ਅਸੀਂ ਵਰਤਾਂਗੇ ਕਿਹਦੇ ਨਾਲ ਵਰਤਣ ਵਾਸਤੇ ਕੋਈ ਹਜ਼ਾਰਾਂ ਬੰਦੇ ਚਾਹੀਦੇ ਨੇ ਵਰਤਣ ਵਾਸਤੇ ਤਾਂ ਇੱਕ ਹੀ ਬਹੁਤ ਹੈ ਜੇ ਮਨੁੱਖ ਇੱਕ ਹੀ ਐਸਾ ਚੰਗਾ ਮਿਲ ਜਾਏ ਤਾਂ ਫਿਰ ਕੋਈ ਕਮੀ ਨਹੀਂ ਆਉਂਦੀ ਸਾਧ ਸੰਗਤ ਉਹ ਹੁਣ ਇੱਕ ਸ਼ਬਦ ਦੀ ਦੇਣ ਗੁਰੂ ਕੋਲੋਂ ਇਹ ਬਲਿਹਾਰ ਜਾਈਏ ਜਿਸ ਨੇ ਬਾਣੀ ਨੂੰ ਐਡੀ ਵੱਡੀ ਬਖਸ਼ ਕੀਤੀ ਹੈ ਕਿ ਜੇ ਮਨੁੱਖ ਇਸ ਕਰਕੇ ਨਾਮ ਨਹੀਂ ਲੈ ਸਕਦਾ ਕਿਉਂਕਿ ਨਾਮ ਤਾਂ ਬੜਾ ਹੋਣਾ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੋ ਕਿ ਜੇ ਮਨੁੱਖ ਇਸ ਨਾਮ ਨਾਲ ਜੁੜ ਗਿਆ ਤਾਂ ਫਿਰ ਮਨੁੱਖ ਆਪਣੇ ਆਪ ਹੀ ਉਸ ਗੁਰੂ ਦੇ ਨਾਲ ਜੁੜ ਜਾਏਗਾ ਅਸੀਂ ਹੁਣ ਆ ਕਰਵਾ ਚੌਥ ਦੇ ਵਿੱਚ ਜੁੜੇ ਹਾਂ ਕਰਵਾ ਚੌਥ ਤੋਂ ਅਸੀਂ ਜੁੜੇ ਐਸੇ ਹਾਂ ਕਿ ਅਸੀਂ ਜੀਵਨ ਦਾ ਮੁੱਲ ਕਦੇ ਸੋਚਿਆ ਹੀ ਨਹੀਂ ਕਿ ਜੀਵਨ ਪਾਉਣ ਵਾਸਤੇ ਸਾਰਿਆਂ ਨੂੰ ਇੱਕ ਉਪਦੇਸ਼ ਦੇਣਾ ਹੈ ਕਿ ਹਰ ਬੰਦਾ ਜੀਵਨ ਨੂੰ ਪਾਉਣ ਵਾਸਤੇ ਆਪਣੇ ਆਪ ਨੂੰ ਗੁਰੂ ਨਾਲ ਜੋੜੇ ਸਾਧ ਸੰਗਤ ਹਰ ਬੰਦਾ ਕਰਵਾ ਚੌਥ ਹਰ ਬੰਦਾ ਨਰਾਤਰੇ ਹਰ ਬੰਦਾ ਨਰਾਤਰਿਆਂ ਨੂੰ ਮੰਨਦਾ ਪਰ ਅਸੀਂ ਗੁਰੂ ਦੇ ਸਿੱਖ ਅਸੀਂ ਨਰਾਤਰਿਆਂ ਨੂੰ ਨਹੀਂ ਮੰਨਣਾ